ਅੰਕਿਤ ਬਾਈ ਜੀ, ਪਹਿਲਾਂ ਤਾਂ ਤੁਹਾਡਾ ਜੀ ਇੱਥੇ ਖਣੌਰੀ ਬਾਰਡਰ ਤੇ ਬਾਪੂ ਡੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਤੁਸੀਂ ਆਏ ਹਨਾ, ਤੇ ਕੀ ਮੈਂ ਤੁਹਾਡੇ ਮਨ ਦੇ ਕੀ ਵਿਚਾਰ ਨੇ ਬਾਈ ਜੀ, ਤੁਹਾਡੀਆਂ ਭਾਵਨਾਵਾਂ ਕੀ ਕਹਿੰਦੀਆਂ ਨੇਗੀਆਂ ਵੀ ਇੱਕ ਸਾਡਾ ਆਗੂ ਹਨਾ ਆਪਦੀ ਜਾਨ ਦੇਣ ਦੀ ਤਿਆਰੀ ਕਰੀ ਬੈਠਾ, ਤੇ ਦੂਜੇ ਪਾਸੇ ਸਾਡੀਆਂ ਬਹੁਤ ਜਥੇਬੰਦੀਆਂ ਕਹਿ ਦਿੰਦੀਆਂ ਨੇਗੀਆਂ ਵੀ ਜਾਣ ਦੇ ਕੇ ਕੁਛ ਹੋਣਾ ਨਹੀਂ, ਤੇ ਉੱਤੋਂ ਉਹ ਭਗਤ ਸਿੰਘ ਦੇ ਮੰਨ ਲਓ ਵੀ ਨਾਂ ਵਰਤਦੀਆਂ ਨੇ, ਤੇ ਭਗਤ ਸਿੰਘ ਨੇ ਵੀ ਕਿਹਾ ਸੀ ਕਹਿੰਦਾ ਮੇਰੀ ਕੁਰਬਾਨੀ ਜਾਇਆ ਨਹੀਂ ਜਾਂਦੀ, ਵੀ ਆਜ਼ਾਦੀ ਫਿਰ ਹੀ ਸਾਡੇ ਲੋਕ ਉੱਠਣਗੇ ਹਨਾ। ਤੁਹਾਡਾ ਕੀ ਵਿਚਾਰ ਆ ਬਾਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਸਤਿਕਾਰ ਦਿੱਤਾ ਨਵਾਣੇ ਨੂੰ। ਸਭ ਤੋਂ ਪਹਿਲਾਂ ਤਾਂ ਸੁੱਖੀ ਬਾਈ, ਜਿਹੜੀ ਤੁਸੀਂ ਭਗਤ ਸਿੰਘ ਵਾਲੀ ਗੱਲ ਕਰਦੇ ਹੋ ਨਾ, ਹੁਣ ਸਾਰੇ ਲੋਕ ਇਹ ਹੋ ਗਏ ਕਿ ਲੋਕ ਕਹਿੰਦੇ ਆ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀਆਂ ਦੇ, ਵੀ ਸਾਡੇ ਨਾ ਜੰਮੇ। ਤੇ ਦੂਜੀ ਜਿਹੜੀ ਤੁਸੀਂ ਅੰਦੋਲਨ ਦੀ ਗੱਲ ਕਰਦੇ ਹੋ, ਜਦੋਂ ਦਾ ਇਹ ਅੰਦੋਲਨ ਚੱਲਿਆ ਸੀ ਉਸ ਦਿਨ ਤੋਂ ਹੀ ਇੱਥੇ ਆ ਰਹੇ ਹਾਂ। ਬਿਲਕੁਲ ਜੀ, ਜਿੱਦਣ ਇੱਥੇ ਲੜਾਈ ਹੋਈ ਹੈ ਆਪਣਾ ਹਰਿਆਣਾ ਸਰਕਾਰ ਦੇ ਗੁੰਡਿਆਂ ਨੇ ਆ ਕੇ ਇੱਧਰ ਤੋੜ ਭੰਨ ਕੀਤੀ ਹੈ, ਉਦੋਂ ਵੀ ਅਸੀਂ ਇੱਥੇ ਟਰਾਲੀ ਦੇ ਵਿੱਚ ਕੋਲਡ ਡਰਿੰਕ ਦੀਆਂ ਜੂਸ ਦੀਆਂ ਬੋਤਲਾਂ ਲੈ ਕੇ ਆਏ ਹੋਏ ਸੀ। ਠੀਕ ਹੈ ਜੀ। ਜਦੋਂ ਉੱਥੇ ਸਾਡਾ ਇੱਕ ਭਰਾ ਸ਼ਹੀਦ ਹੋਇਆ, ਉਸ ਟਾਈਮ ਦੇ ਉੱਤੇ ਸਾਨੂੰ ਪਾਤੜਾਂ ਪਹੁੰਚਣਾ ਔਖਾ ਹੋ ਗਿਆ ਸੀਗਾ, ਸਾਡੀਆਂ ਅੱਖਾਂ ਦੇ ਵਿੱਚੋਂ ਅੱਥਰੂ ਆਏ, ਲੂ ਕੰਢੇ ਖੜੇ ਹੋ ਗਏ ਵੀ ਐਡਾ ਜ਼ੁਲਮ, ਵੀ ਸਾਡੇ ਭੋਲੇ ਭਾਲੇ ਕਿਸਾਨ ਇੱਥੇ ਮਜ਼ਦੂਰ ਬੈਠੇ ਆਪਦਾ ਸੰਘਰਸ਼ ਕਰ ਰਹੇ ਨੇ, ਲੇਕਿਨ ਉਹਨਾਂ ਤੋਂ ਸਹੀ ਤਰ੍ਹਾਂ ਬੈਠੇ ਹੋਏ ਵੀ ਝੱਲ ਨਹੀਂ ਹੋ ਰਿਹਾ ਹੈਗਾ। ਉਦਣ ਤੋਂ ਹੀ ਅਸੀਂ ਇੱਥੇ ਆਏ ਹਾਂ, ਉਹ ਤੋਂ ਬਾਅਦ ਅਸੀਂ ਆਏ ਜਦੋਂ ਟਰੈਕਟਰਾਂ ਦੀ ਸੇਵਾ ਕੀਤੀ, ਹਾਂਜੀ, ਤੇ ਘੱਟੋ ਘੱਟ ਅਸੀਂ 15-20 ਦਿਨ ਇੱਥੇ ਰਹੇ। ਉਹ ਤੋਂ ਬਾਅਦ ਅਸੀਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਗੇੜਾ ਮਾਰਦੇ ਰਹਿੰਦੇ ਸੀਗੇ। ਤੇ ਜਿਹੜੀ ਗੱਲ ਤੁਸੀਂ ਜ਼ਮੀਰਾਂ ਦੀ ਕਰਦੇ ਹੋ, ਉਹ ਤਾਂ ਬਾਈ ਜੀ ਆਪਾਂ ਇੱਕੋ ਹੀ ਬੇਨਤੀ ਕਰਦੇ ਹਾਂ, ਜਿਹੜੀਆਂ ਜਥੇਬੰਦੀਆਂ ਘਰਾਂ 'ਚ ਬੈਠੀਆਂ ਨੇ, ਵੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਵੀ ਹੁਣ ਤਾਂ ਉੱਠ ਜਾਓ, ਹੋਰ ਕਦੋਂ ਉੱਠੋਗੇ? ਬਿਲਕੁਲ। ਇੱਕ ਸਾਡਾ ਬਾਪੂ ਆਪਦੀ ਜਾਨ ਗਵਾਨ ਨੂੰ ਬੈਠਾ ਹੈ, ਉਹ ਕਿਹਦੇ ਵਾਸਤੇ? ਸਾਡੀਆਂ ਨਸਲਾਂ ਵਾਸਤੇ, ਫਸਲਾਂ ਵਾਸਤੇ, ਸਾਡੀ ਜਵਾਨੀ ਵਾਸਤੇ। ਸੁੱਖੀ ਬਾਈ, ਆਪਾਂ ਤਰਸਾਂਗੇ ਪੰਜਾਬ ਦੀ ਧਰਤੀ ਨੂੰ ਦੇਖਣ ਵਾਸਤੇ, ਇੱਥੇ ਕੱਚੀ ਮਿੱਟੀ ਨਹੀਂ ਰਹਿਣੀ। ਕਾਰਪੋਰੇਟ ਘਰਾਣਿਆਂ ਨੇ ਆ ਕੇ ਇੱਥੇ ਟੋਟਲ ਦੇ ਟੋਟਲ ਪੱਕੇ ਫਰਸ਼ ਲਾ ਦੇਣੇ ਨੇ, ਉਹ ਤੋਂ ਬਾਅਦ ਮਿੱਟੀ ਨੂੰ ਤਰਸਾਂਗੇ ਵੀ ਸਾਡੀ ਪੰਜਾਬ ਦੀ ਮਿੱਟੀ ਕਿੱਥੇ ਹੈ। ਸਹੀ ਗੱਲ। ਮੈਂ ਸੁੱਖੀ ਬਾਈ ਤੈਨੂੰ ਇੱਕ ਦਿਨ ਪਹਿਲਾਂ ਵੀ ਗੱਲ ਸੁਣਾਈ ਸੀ, ਮੈਂ ਮੁਹਾਲੀ ਏਰੀਆ ਦੇ ਵਿੱਚ ਚਲਾ ਗਿਆ ਸੀਗਾ, ਉੱਥੇ ਨਾ ਕੁਝ ਬੀਬੀਆਂ ਦਿਖੀਆਂ ਮੈਨੂੰ, ਉਹਨਾਂ ਦੇ ਹੱਥ 'ਚ ਡੋਲੂ ਸੀਗਾ। ਠੀਕ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮਾਤਾ ਜੀ ਕਿੱਥੇ ਚੱਲੇ ਹੋ? ਕਹਿੰਦੇ ਫਲਾਣੇ ਸੈਕਟਰ ਦੇ ਵਿੱਚ ਸਾਡੇ ਦਾਦੇ ਦਾ ਲਾਇਆ ਹੋਇਆ ਪਿੱਪਲ ਖੜਾ ਹੈ, ਅਸੀਂ ਉੱਥੇ ਕੱਚੀ ਲੱਸੀ ਪਾਣ ਚੱਲੇ ਆ। ਜਿਹੜੇ ਆਪਣੇ ਆ ਕਿਸਾਨ ਭਰਾਵਾਂ ਨੇ ਆਪਦੇ ਖੇਤਾਂ 'ਚ ਬੂਟੇ ਲਾਏ ਹੋਏ ਨੇ ਨਾ, ਬਿਲਕੁਲ, ਆਪਣੇ ਪੁੱਤ ਪੋਤਰੇ ਉਹਨਾਂ ਚੀਜ਼ਾਂ ਨੂੰ ਤਰਸਿਆ ਕਰਨਗੇ ਵੀ ਅਸੀਂ ਵੀ ਉੱਥੇ ਲੱਸੀ ਪਾ ਕੇ ਆਣੀ ਹੈ, ਪਰ ਉਹਨਾਂ ਨੇ ਵੜਨ ਨਹੀਂ ਦੇਣਾ ਕਿਸੇ ਨੇ। ਵੀ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਹੈ, ਜਿਸ ਤਰੀਕੇ ਨਾਲ ਸਾਡੇ ਜਗਜੀਤ ਸਿੰਘ ਡੱਲੇਵਾਲ ਬਾਪੂ ਜੀ ਬੈਠੇ ਨੇ, ਉਸ ਤਰੀਕੇ ਨਾਲ ਬਾਈ ਜੀ ਘਰਾਂ 'ਚੋਂ ਆ ਜਾਓ। ਇਹ ਲੜਾਈ ਕੱਲੀ ਕੋਈ ਕਿਸਾਨ ਦੀ ਨਹੀਂ ਹੈਗੀ, ਹਰ ਇੱਕ ਵਰਗ ਦੀ ਹੈ। ਇਸ ਵਾਰ ਜੇ ਆਪਾਂ ਲਾਈਏ, ਇਸ ਵਾਰ ਝੋਨਾ ਥੋੜਾ ਜਿਹਾ ਘੱਟ ਨਿਕਲਿਆ, ਪਰ ਤੁਸੀਂ ਮੰਡੀ ਦੇ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਪੁੱਛ ਕੇ ਦੇਖ ਲਓ, ਜਿਸ ਤਰੀਕੇ ਨਾਲ ਉਹ ਘਰੋਂ ਆਉਂਦੇ ਨੇ ਉਸੇ ਤਰੀਕੇ ਨਾਲ ਉਹ ਘਰੇ ਜਾਂਦੇ ਨੇ, ਕੋਈ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ। ਲੇਕਿਨ ਜੇ ਇੱਕ ਸਾਲ ਫਸਲ ਨਾ ਹੋਈ ਨਾ, ਕਾਰਪੋਰੇਟ ਘਰਾਣਿਆਂ ਦੇ ਹੱਥ ਇਹ ਕੰਮ ਚਲਾ ਗਿਆ, ਤਾਂ ਆਪਾਂ ਸਾਰੇ ਤਰਸਾਂਗੇ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਵਪਾਰੀ ਹੈ, ਕੋਈ ਵੀ ਹੈ। ਬਿਲਕੁਲ। ਇਹ ਮੋਰਚਾ ਇਕੱਲੇ ਕਿਸਾਨ ਦਾ ਨਹੀਂ, ਇਹ ਸਾਰੇ ਆਲ ਓਵਰ ਪੰਜਾਬ ਦਾ ਹੈ। ਉਹ 'ਚ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕਿਸਾਨ ਹੈ, ਜ਼ਿਮੀਂਦਾਰ ਹੈ, ਕੋਈ ਵੀ ਹੈ, ਸਾਡਾ ਇਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ। ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਇਹਨਾਂ ਦਾ ਅਸੀਂ ਇਹ ਰਿਸ਼ਤਾ ਖਰਾਬ ਕਰ ਦਈਏ, ਉਹਨਾਂ ਨੂੰ ਗਰਾਊਂਡ ਲੈਵਲ 'ਤੇ ਨਹੀਂ ਪਤਾ ਕਿ ਸਾਡਾ ਰਿਸ਼ਤਾ ਕੀ ਹੈ। ਇਹਨਾਂ ਦੇ ਹੱਥਾਂ ਦੇ ਵਿੱਚ ਅਸੀਂ ਖੇਡ ਕੇ ਵੱਡੇ ਹੋਏ ਹਾਂ, ਇਹਨਾਂ ਦੇ ਕੋਲ ਰਹਿ ਕੇ ਵੱਡੇ ਹੋਏ ਹਾਂ।
ਆਹੀ ਬੇਨਤੀ ਹੈ ਵੀ ਜਿਹੜੇ ਘਰਾਂ 'ਚ ਬੈਠੇ ਨੇ ਉੱਠ ਜਾਓ, ਆ ਜਾਓ ਇੱਕ ਵਾਰ ਤਾਂ ਆਓ ਯਾਰ ਇੱਥੇ ਆ ਕੇ, ਗਰਾਊਂਡ ਲੈਵਲ ਦੀ ਰਿਪੋਰਟ ਤਾਂ ਦੇਖੋ ਕੀ ਹੈ। ਸਹੀ ਗੱਲ ਹੈ, ਬਹੁਤ ਸੋਹਣੀ ਗੱਲ ਕਹੀ ਆ ਬਾਈ ਨੇ, ਹੈ ਨਾ। ਤੇ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ, ਜਿਵੇਂ ਬਾਈ ਨੇ ਕਿਹਾ ਵੀ ਇਕੱਲੇ ਕਿਸਾਨਾਂ ਦਾ ਨਹੀਂ ਇਹ ਧਰਨਾ ਹੈਗਾ, ਵੀ ਜੇ ਕਿਸਾਨ ਖਤਮ ਹੁੰਦਾ ਤਾਂ ਸਾਰਾ ਕੁਝ ਹੀ ਖਤਮ ਹੋ ਜਾਊਗਾ। ਬਹੁਤ ਵਧੀਆ ਕਿਹਾ, ਔਰ ਇਹ ਉਹ ਨੌਜਵਾਨ ਹੈ ਜਿਨ੍ਹਾਂ ਨੇ ਜਦੋਂ ਟਰੈਕਟਰ ਇੱਥੇ ਹਰਿਆਣਾ ਸਰਕਾਰ ਦੇ ਸਰਕਾਰੀ ਗੁੰਡਿਆਂ ਨੇ ਸਾਡੇ ਇੱਥੇ ਟਰੈਕਟਰ ਅਤੇ ਗੱਡੀਆਂ ਭਲੀਆਂ, ਇਹ ਗਰਗ ਸਾਹਿਬ ਉਹਨਾਂ ਨੇ ਇੱਥੇ ਬਹੁਤ ਵੱਡੀ ਸੇਵਾ ਜਿਹੜੀ ਆ ਟਰੈਕਟਰਾਂ ਦੀ, ਟਾਇਰਾਂ ਦੀ, ਇਹਨਾਂ ਦੀ, ਮਤਲਬ ਜਿਹੜੀ ਬਹੁਤ ਵੱਡੀ ਜਿਹੜੀ ਆ ਉਹ ਸੇਵਾ ਕੀਤੀ ਹੈ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨਾਲੇ ਕਹਿੰਦੇ ਹਾਂ ਕਿ ਜਿਹੜੀਆਂ ਗੱਲਾਂ ਉਹਨੇ ਕਹੀਆਂ ਨੇ ਬਹੁਤ ਮਤਲਬ ਕਿ ਅਹਿਮ ਨੇ, ਉਹਨਾਂ ਗੱਲਾਂ ਨੂੰ ਦੁਹਰਾਉਣ ਦੀ ਲੋੜ ਨਹੀਂ, ਪਰ ਇੱਕ ਗੱਲ 'ਚ ਥੋੜ੍ਹਾ ਜਿਹਾ ਵਾਅਦਾ ਕਰਾਂਗਾ ਕਾਕੀ, ਇਹਨਾਂ ਗਰਗ ਸਾਹਿਬ ਨੇ ਗੱਲ ਕੀਤੀ ਹੈ ਵੀ ਪੰਜਾਬ ਦਾ, ਹਾਂਜੀ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਇਕੱਲੇ ਪੰਜਾਬ ਦਾ ਨਹੀਂ, ਇਹ ਪੂਰੇ ਭਾਰਤ ਦੇ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਆਪਣਾ ਨਹੀਂ ਦੋ ਵਕਤ ਦੀ ਆਪਣੀ ਪੇਟ ਦੀ ਭੁੱਖ ਮਿਟਾਉਣੀ ਆ, ਕਾਰਪੋਰੇਟਾਂ ਨੂੰ ਛੱਡ ਕੇ ਸਮੁੱਚੇ ਲੋਕਾਂ ਦਾ, ਚਾਹੇ ਉਹ ਕਿਸਾਨ ਤਾਂ ਹੈ ਹੀ ਹੈ, ਕਿਸਾਨ ਦੇ ਨਾਲ ਮਜ਼ਦੂਰ ਵੀ ਹੈ, ਦੁਕਾਨਦਾਰ ਵੀ ਹੈ, ਔਰ ਟਰਾਂਸਪੋਰਟਰ ਵੀ ਹੈ, ਇਹ ਸਾਰੇ ਦੇ ਵਰਗ, ਕਾਰਪੋਰੇਟਾਂ ਨੂੰ ਛੱਡ ਕੇ ਸਾਰੇ ਵਰਗ ਆਉਂਦੇ ਨੇ, ਅਤੇ ਉਹਨਾਂ ਲੋਕਾਂ ਦਾ ਇਹ ਮੋਰਚਾ ਹੈ ਜਿਨ੍ਹਾਂ ਨੇ ਦੋ ਵਕਤ ਦੀ ਆਪਣੀ ਪੇਟ ਦੀ ਭੁੱਖ। ਬਿਲਕੁਲ ਜੀ, ਨਹੀਂ ਬਹੁਤ ਸੋਹਣਾ ਲੱਗਿਆ ਜੀ, ਹੈ ਨਾ, ਬਹੁਤ ਧੰਨਵਾਦ ਜੀ। ਠੀਕ ਹੈ ਜੀ, ਅਤੇ ਕੁਲਵੀਰ ਬਾਈ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਜੀ, ਅਤੇ ਸਾਰੇ ਭਰਾਵਾਂ ਦਾ। ਅੰਕਿਤ ਬਾਈ ਜੀ, ਆਸ ਕਰਦੇ ਹਾਂ ਵੀ ਜਦੋਂ ਵੀ ਕਿਤੇ ਸਾਡੇ ਮੋਰਚੇ ਨੂੰ ਫਿਰ ਕੋਈ ਜ਼ਰੂਰਤ ਪਊਗੀ, ਕੁਛ ਵੀ ਉਹ ਹੋਊ, ਹੈ ਨਾ, ਅਤੇ ਮੈਂ ਦੱਸਦਾ ਕੁਲਵੀਰ ਬਾਈ, ਅੰਕਿਤ ਬਾਈ ਨੇ ਸਪੈਸ਼ਲ ਆਪਦਾ ਨੰਬਰ ਇੱਥੇ ਨੋਟ ਕਰਵਾਇਆ ਗਾ, ਕਹਿੰਦਾ ਕੋਈ ਵੀ ਜ਼ਰੂਰਤ ਹੋਵੇ ਜਿੰਨੇ ਜੋਗੇ ਹੈਗੇ ਆ ਜੀ, ਸਾਨੂੰ ਕਰੋ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ। ਉਹੀ ਤਾਂ ਗੱਲ ਜ਼ਿਆਦਾ ਵਧੀਆ ਜਿਹੜੀ ਬਾਈ ਨੇ ਪਹਿਲਾਂ ਵੀ ਕਹੀ, 9 ਮਾਸ ਵਾਲੀ ਆਪਣੇ ਮਤਲਬ ਪੂਰੋ ਮੰਡਲ ਲਿਆ ਸਾਹਿਬ ਦਾ ਪਿੰਡ ਬਹੁਤ ਜ਼ਿਆਦਾ ਦੂਰ ਆ, ਇਹ ਆਪਣੇ ਗਵਾਂਢੀ ਨੇ, ਪਹਿਲਾਂ ਆਪਣੇ ਇਹ ਆਉਣਗੇ ਆਪਣੇ ਕੋਲ, ਪਹਿਲਾਂ ਪਿੰਡ ਵਾਲੇ ਨਹੀਂ ਉਹਨੂੰ, ਇਹ ਆਪਣੇ ਤਾਂ ਐਂ ਫਿੱਟ ਬਹਿੰਦਾ ਹੁੰਦਾ ਗਾ ਵੀ ਆਪਾਂ ਲੰਮੇ ਵੀ ਆਪਾਂ ਜਾਈਏ ਜਾਂ ਕਨੇਡਾ ਤੋਂ ਕੋਈ ਬੰਦਾ ਆਊਗਾ ਉਹ ਨਹੀਂ, ਇਹ ਭਾਈ ਤਾਂ ਆਪਣੇ ਨਾਲ ਹਰ ਵਕਤ ਹੀ ਖੜਾ ਗਾ। ਬਾਪੂ ਦੀ ਕੁਰਬਾਨੀ ਬਹੁਤ ਵੱਡੀ ਆ, ਤੇ ਬਾਪੂ ਦਾ ਬੇਟਾ ਜੀ ਖੜੇ ਨੇ, ਬਾਕੀ ਤੁਸੀਂ ਇਹਨਾਂ ਤੋਂ ਜਿਹੜੀ ਇਹਨਾਂ ਦੇ ਮਤਲਬ ਹੁਣ ਪਰਿਵਾਰ ਦੀ ਐਡੀ ਮਤਲਬ ਕੋਈ ਪਰਮਾਤਮਾ ਨੇ ਹੀ ਮਤਲਬ ਕੋਈ ਆਪਣੀ ਵਿਧੀ ਬਣਾਈ ਹੈ, ਇਹ ਜਿਹੜਾ ਕੋਈ ਮਤਲਬ ਨਾ ਮਤਲਬ ਚਮਕ ਜਿਹੜਾ ਚਮਕਦਾ ਹੁੰਦਾ ਤਾਰਾ, ਹਾਂ ਨਹੀਂ ਸਹੀ ਗੱਲ, ਬਿਲਕੁਲ ਬਿਲਕੁਲ ਬਿਲਕੁਲ। ਹੋਰ ਬਾਈ ਸਤਿ ਸ਼੍ਰੀ ਅਕਾਲ ਜੀ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ, ਹੈ ਨਾ, ਜਦੋਂ ਜਿਹੜੀ ਉਮਰ ਦੇ ਵਿੱਚ ਮੰਨ ਲਓ ਵੀ ਮਾਂ ਬਾਪ ਦੀ ਸੇਵਾ ਕਰਨੀ ਹੁੰਦੀ ਆ, ਹੈ ਨਾ, ਉਹ ਉਮਰ ਦੇ ਵਿੱਚ ਇੱਕ ਪਿਓ ਨੂੰ ਆਪਦੇ ਕਿਸਾਨਾਂ ਵਾਸਤੇ, ਆਪਦੀਆਂ ਕੌਮਾਂ ਵਾਸਤੇ, ਆਪਦੀਆਂ ਨਸਲਾਂ ਫਸਲਾਂ ਵਾਸਤੇ ਐਡਾ ਫੈਸਲਾ ਲੈਣਾ ਪੈ ਜੀ, ਹੈ ਨਾ। ਇਹ ਨਾ ਸੁਖੀ ਵੀਰ, ਮੈਂ ਤੁਹਾਨੂੰ ਦੱਸਦਾ ਵੀ ਜਦੋਂ ਬੰਦੇ ਦੇ ਦਿਮਾਗ ਅੰਦਰ ਇੱਕ ਤਸਵੀਰ ਬਣ ਜੇ ਨਾ ਕਿ ਯਾਰ ਮੇਰੇ ਬੱਚਿਆਂ ਨਾਲ ਜਾਂ ਮੇਰੇ ਪੋਤਿਆਂ ਨਾਲ ਜਾਂ ਪੋਤਰੀਆਂ ਨਾਲ ਜਾਂ ਅਗਲੇ ਜਿਹੜੀ ਕਿਸਾਨੀ ਜਿਨ੍ਹਾਂ ਨੂੰ ਉਹ ਰੀਪ੍ਰੈਜੈਂਟ ਕਰਦੇ ਆ ਉਹਨਾਂ ਦੇ ਬੱਚਿਆਂ ਨਾਲ ਅੱਗੇ ਆਹ ਕੰਡੀਸ਼ਨ ਬਣ ਲੱਗੀ ਆ, ਉਦੋਂ ਮੈਂ ਸਿਰਫ ਆਪਦੇ ਫਾਦਰ ਸਾਹਿਬ ਦੀ ਗੱਲ ਦੱਸ ਸਕਦਾ ਕਿ ਉਹਨਾਂ ਨੂੰ ਨੀਂਦ ਆਉਣੋਂ ਹਟ ਗਈ ਸੀ, ਪਿੱਛੇ ਜੇ ਜਦੋਂ ਆਹ ਸਾਲ ਡੇਢ ਸਾਲ ਦੀ ਗੱਲ ਆ, ਨੀਂਦ ਆਉਣੋਂ ਹਟ ਗਈ ਸੀਗੀ, ਸਾਨੂੰ ਐਂ ਲੱਗਣ ਲੱਗ ਗਿਆ ਸੀਗਾ ਵੀ ਆਪਾਂ ਕਿਸੇ ਸਾਈਕੈਟ੍ਰਿਸਟ ਨੂੰ ਦਿਖਾਈਏ ਤੁਸੀਂ ਇੰਨਾ ਜ਼ਿਆਦਾ ਪਜ਼ਲ ਕਿਉਂ ਹੋ ਗਏ, ਪਰ ਜਿਹੜੀ ਗੱਲ ਆ ਕਿ ਜਦੋਂ ਉਹ ਤਸਵੀਰ ਤਾਂ ਉਹਨਾਂ ਦੇ ਅੰਦਰ ਬਣੀ ਗਈ ਸੀ ਨਾ, ਤੇ ਉਹ ਚੀਜ਼ ਨੇ ਉਹਨਾਂ ਨੂੰ ਜਦੋਂ ਹਲੂਣਾ ਮਾਰਿਆ ਨਾ, ਤੇ ਉਹ ਚੀਜ਼ ਆ ਜਿਹੜੀ ਉਹ ਚੀਜ਼ ਨੂੰ ਅਸੀਂ ਫਿਰ ਉਹ ਅਸੀਂ ਕੌਣ ਹੁੰਦੇ ਹਾਂ ਉਹ ਚੀਜ਼ ਦੇ ਵਿੱਚ ਅੜਚਣ ਜਾਂ ਇੰਟਰਪਟ ਕਰਨ ਵਾਲੇ, ਹੈ ਨਾ। ਤੇ ਜਿਵੇਂ ਬਾਈ ਨੇ ਇਹ ਮੰਨ ਲਓ ਛੈਲਰ ਜਾਂ ਮੰਨ ਲਓ ਵੀ ਇਸ ਲਾਈਨ ਵਾਲੇ ਆ, ਹੈ ਨਾ, ਇੱਕ ਮੈਂ ਛੋਟੀ ਜਿਹੀ ਗੱਲ ਹੀ ਦੱਸੂਗਾ ਵੀ ਐਮ ਐਸ ਪੀ ਹੈ ਨਾ ਜਿਹੜੀ, ਜਿਹੜੀ ਦੇ ਵਾਸਤੇ ਆਪਾਂ ਲੜੀ ਜਾਂਦੇ ਹਾਂ ਇਹ ਕਿਉਂ ਜ਼ਰੂਰੀ ਆ? ਬਾਈ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਜਦੋਂ ਆ ਝੋਨੇ ਦਾ ਸੀਜ਼ਨ ਆਉਂਦਾ ਹੈ ਨਾ, ਆਪਣੇ ਤਾਂ ਬੇਸ਼ੱਕ ਝਾੜ ਘੱਟ ਹੋਵੇ ਪਰ ਜਿਹੜਾ ਸਰਕਾਰੀ ਨੰਬਰਾਂ ਦੇ ਵਿੱਚ ਆ ਜਾਂਦਾ ਵੀ ਐਤਕੀ ਫਸਲ ਅੱਗੇ ਨਾਲੋਂ ਇੰਨੇ ਪਰਸੈਂਟ ਵਧੀ ਆ, ਹੈ ਨਾ, ਉਹ ਦੱਸਦਾ ਮੈਂ ਮਾੜਾ ਜਿਹਾ ਵੀ ਕਿਉਂ ਵਧੀ ਆ, ਤੁਹਾਨੂੰ ਵੀ ਪਤਾ ਹੋਵੇਗਾ।
ਫਿਰ ਜਦੋਂ ਆੜਤੀਏ ਹੁੰਦੇ ਨਾ ਜਿਹੜੇ ਬਾਈ, ਉਹ ਫਿਰ ਲਿਆਉਂਦੇ ਆ ਯੂਪੀ ਚੋਂ ਟਰੱਕ ਭਰ ਭਰ ਕੇ। ਟਰੱਕ ਆਉਂਦੇ ਆ ਪੰਜਾਬ ਨੂੰ, ਕਿਉਂ ਆਉਂਦੇ ਆ? ਕਿਉਂਕਿ ਉਹ ਝੋਨੇ ਦੀ ਐਮ ਐਸ ਪੀ ਸਿਰਫ ਇੱਥੇ ਆ, ਪੰਜਾਬ ਹੈ ਨੀ, ਬਿਲਕੁਲ ਠੀਕ ਆ। ਤੇ ਜਿਹੜਾ ਮੈਂ ਤੁਹਾਨੂੰ ਦੱਸਦਿਆਂ ਵੀ ਸਾਡਾ, ਸਾਡੇ ਤੇ ਇੱਕ ਜੱਟਾਂ ਦੇ ਜਾਂ ਮੰਨ ਲਓ ਕਿਸਾਨਾਂ ਦੇ ਇੱਕ ਕਲੰਕ ਲੱਗਦਾ ਵੀ ਇਹਨਾਂ ਨੇ ਪਾਣੀ ਮਕਾਤਾ। ਹਾਂ, ਪਾਣੀ ਕੋਈ ਸ਼ੌਂਕ ਨੂੰ ਨਹੀਂ ਮਕਾਈ ਜਾਂਦੇ। ਸਾਡੇ ਕੋਲੇ ਬਾਈ ਰਾਹ ਹੈ ਨੀ, ਜੇ ਸਾਡੇ ਕੋਲੇ ਐਮ ਐਸ ਪੀ ਹੋਵੇ ਨਾ, ਮੱਕੀ ਹੋਵੇ, ਮੂੰਗੀ ਤੇ ਹੋਵੇ, ਹੋਰ ਫਸਲਾਂ ਤੇ ਹੋਵੇ, ਸਾਨੂੰ ਯਾਰ ਕੀ ਲੱਗਦਾ ਸਾਡਾ, ਅਸੀਂ ਉਹਦੇ ਬੀਜ ਪਾ ਦਿਆਂਗੇ। ਬਿਲਕੁਲ, ਅਸੀਂ ਉਹ ਤਿਆਰ ਕਰ ਲਾਂਗੇ ਯਾਰ, ਸਾਡਾ ਪਾਣੀ ਸਾਨੂੰ ਨੀ ਪਿਆਰਾ ਗਾ, ਸਾਨੂੰ ਵੀ ਪਿਆਰਾ, ਸਾਨੂੰ ਵੀ ਪਤਾ ਸਾਡੇ ਬੱਚਿਆਂ ਨੇ ਅਗਲੀ ਪੀੜ੍ਹੀਆਂ ਨੇ ਉਹੀ ਪੀਣਾ ਹਨਾ। ਉਹ ਚੀਜ਼ਾਂ ਵਾਸਤੇ ਜ਼ਰੂਰੀ ਆ ਐਮ ਐਸ ਪੀ, ਇਸ ਕਰਕੇ ਉਹ ਬਾਪੂ ਦੇ ਅੱਖਾਂ 'ਚ ਤਸਵੀਰ ਬਣੀ ਸੀ, ਤਾਂ ਉਹਨੇ ਐਡਾ ਫੈਸਲਾ ਲਿਆ। ਬਿਲਕੁਲ ਬਾਈ, ਬਿਲਕੁਲ, ਨਹੀਂ ਨਹੀਂ ਬਹੁਤ ਵਧੀਆ ਸੋਚ ਆ ਬਾਈ। ਤੇ ਕੇਂਦਰੀ ਬਾਈ ਇੱਕ ਗੱਲ ਦੇਖ, ਅਕਸਰ ਹੀ ਜਦੋਂ ਗੱਲਾਂ ਹੁੰਦੀਆਂ ਅਗਲਾ ਕਹਿੰਦਾ ਵੀ ਯਾਰ ਜਦੋਂ ਧਰਨੇ ਆਉਂਦੇ ਨੇ ਵੀ ਜਿਹੜੇ ਯੂਨੀਅਨ ਦੇ ਆਗੂ ਨੇ ਵੀ ਉਹ ਆਪ ਤਾਂ ਕੋਈ ਉਹ ਨਹੀਂ ਕਰਦੇ ਹਨਾ, ਰਿਸਕ ਨਹੀਂ ਲੈਂਦੇ, ਕੋਈ ਆਪਦੇ ਜਵਾਕਾਂ ਨੂੰ ਨਹੀਂ ਉਹ ਕਰਦੇ। ਇੱਥੇ ਦੇਖ ਲਾ ਯਾਰ, ਬਾਪੂ ਵੀ ਆਪ ਮਿੱਥੀ ਬੈਠਾ ਤੇ ਨਾਲ ਸਾਰਾ ਪਰਿਵਾਰ ਤੇ ਬਾਈ ਹੋਰਾਂ ਦੇ ਬੱਚੇ ਹਨਾ। ਹਾਂ, ਤੇ ਤੂੰ ਐ ਸੋਚ ਯਾਰ ਵੀ ਇਦੋਂ ਵੱਧ ਲੋਕ ਹੋਰ ਕੀ ਭਾਲਦੇ ਆਗੇ ਹਨਾ, ਜੇ ਯਾਰ ਹੁਣ ਵੀ ਨਾ ਪਿੰਡਾਂ ਚੋਂ ਆਏ ਬਾਈ ਯਾਰ। ਹਾਂ, ਮੈਂ ਇੱਕ ਦਿਨ ਸੋਚੀ ਜਾਂਦਾ ਸੀ, ਮੈਂ ਯਾਰ ਆਪਣੇ ਲੋਕਾਂ ਦੇ ਸਾਹਮਣੇ ਸੱਚਾ ਹੋਣ ਵਾਸਤੇ ਨਾ ਬੰਦੇ ਨੂੰ ਮਰਨਾ ਪੈਂਦਾ। ਨਹੀਂ ਅੰਕਿਤ ਬਾਈ, ਮਗਰੋਂ ਆਪਣੇ ਬੰਦੇ ਗੱਡੀਆਂ 'ਚ ਫੋਟੋਆਂ ਲਾਉਣ ਵਾਲੇ ਹੋ ਜਾਂਦੇ ਹੈਗੇ, ਭੋਗਾਂ ਦੇ ਇਕੱਠ ਕਰਨ ਵਾਲੇ ਹੋ ਜਾਂਦੇ ਹੈਗੇ, ਵੀ ਪਛਾਣ ਲਓ, ਇਹ ਹਜੇ ਵੀ ਪਛਾਣ ਲਓ ਤੁਸੀਂ ਹਨਾ। ਸਿੱਧੂ ਦੱਸਦਾ ਮਰ ਗਿਆ, ਹਾਂ ਦੱਸਦਾ ਮਰ ਗਿਆ, ਸਹੀ ਗੱਲ ਆ। ਜੇ ਉਹਦੇ ਮੇਲੇ ਲਾਉਣੇ ਯਾਰ, 1% ਵੀ ਲੋਕ ਉਹਦੀ ਗੱਲ ਨੂੰ ਉਦੋਂ ਸਮਝ ਜਾਂਦੇ ਕਿਤੇ, ਬਿਲਕੁਲ, ਸ਼ਾਇਦ ਉਹ ਦਿਨ ਉਹਦੇ ਮਾਪਿਆਂ ਤੇ ਨਾ ਆਉਂਦਾ। ਸਹੀ ਗੱਲ ਆ, ਇਹ ਗੱਲ ਹੈਗੀ ਆ, ਬਿਲਕੁਲ। ਹੋਰਾ ਬਾਈ, ਦੀਪ ਸਿੱਧੂ ਨੇ ਇਕੱਠ ਕੀਤਾ ਸੀਗਾ, ਜਦੋਂ ਇਕੱਠ ਕੀਤਾ 100 ਜੀ ਗਏ ਲੋਕ, ਸਹੀ ਗੱਲ ਆ ਬਾਈ, 7 ਚ ਮਰ ਗਿਆ, ਉਦੋਂ ਹਜ਼ਾਰਾਂ ਚ ਹੋ ਗਏ, ਕਹਿੰਦੇ 5 ਲੱਖ ਬੰਦਾ ਸੀ, ਗੱਲ ਭੰਨਾ ਦੱਸਦਾ ਸੀ 5 ਲੱਖ ਬੰਦਾ ਘਰਾਂ 'ਚ ਬੈਠੇ ਹੋਏ ਨਾ, ਇਹ ਉਹੀ ਲੋਕ ਨੇ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਵਿਕਟੋਰੀਆ ਇੰਗਲੈਂਡ ਲੈ ਗਏ ਸੀ, ਇਹ ਉਹੀ ਲੋਕ ਨੇ ਜਦੋਂ ਮਹਾਰਾਜ ਚਮਕੌਰ ਸਾਹਿਬ 'ਚ ਜੰਗ ਲੜਨ ਦੇ ਸੀ, ਉੱਥੇ ਇਹ ਲੋਕ ਘਰਾਂ 'ਚ ਬਹਿ ਕੇ ਤਮਾਸ਼ੇ ਵੇਖਣ ਦੇ ਸੀ, ਇਹ ਉਹੀ ਲੋਕ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੀਹਾਂ 'ਚ ਚਿਣਿਆ ਜਾਣ ਦੇ, ਇਹ ਲੋਕ ਤਮਾਸ਼ੇ ਦੇਖਣ ਦੇ ਸੀ, ਸਹੀ ਗੱਲ ਹੈ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਦੇ ਕਿਲੇ 'ਚ ਲੜਨ ਦਿਆ ਸੀ, ਇਹ ਲੋਕ ਤਮਾਸ਼ੇ ਦੇਖਣ ਦੇ ਸੀ, ਸਹੀ ਗੱਲ ਹੈ। ਆਪਣੇ ਭਿੰਡਰਾਂ ਵਾਲੇ ਸੰਤਾਂ ਦੀ, ਉਹਨਾਂ ਨੂੰ ਲੋਕਾਂ ਨੇ ਪਛਾਣਿਆ ਹੀ ਨਹੀਂ, ਸਹੀ ਗੱਲ ਹੈ, ਪਛਾਣਿਆ ਨਹੀਂ ਹੈਗਾ, ਉਹਦੇ ਕੋਲੋਂ ਗਏ ਨਹੀਂ ਹੈਗੇ, ਹੁਣ ਉਹਦੀਆਂ ਤਸਵੀਰਾਂ ਵੇਚਣ ਲੱਗ ਗਏ ਬਾਈ। ਉਹ ਚੀਜ਼ ਨਾਲ ਨਾ, ਉਹ ਚੀਜ਼ ਨਾਲ ਕਲੰਕ ਆ ਨਾ, ਜਿਹੜਾ ਕਲੰਕ ਉਹ ਕਲੰਕ ਆ ਜਿਹੜਾ ਕੁਛ ਪਰਸੈਂਟ ਲੋਕਾਂ ਦਾ ਹਨਾ, ਉਹ ਕੰਮ ਤੋਂ ਕੁਛ ਪਰਸੈਂਟ ਲੋਕਾਂ ਦਾ, ਪਰ ਉਹ ਕਲੰਕ ਲੱਗਦਾ ਕਿਹਦੇ ਤੇ ਆ? ਸਾਰੇ ਲੋਕਾਂ ਤੇ ਲੱਗ ਜਾਂਦਾ ਜਿਹੜੇ ਆਪਣੇ ਇੱਥੇ ਕਿਰਤੀ ਕਿਸਾਨ ਬਜਰੰਗ ਪੁਨੀਆ, ਠੀਕ ਹੈ। ਇਹ ਬਾਈ ਜੀ ਦਾ ਵੀ ਮੈਂ ਦੇਖਿਆ, ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਤੁਹਾਡਾ ਕੱਲ ਹੀ ਦੇਖ ਕੇ ਹਟਕ ਨੇ ਬਾਈ ਹੋਰੀ, ਕਹਿੰਦੇ ਵੀ ਅਸੀਂ ਚੱਲਦੇ ਹਾਂਗੇ, ਬਿਲਕੁਲ ਜੀ ਬਿਲਕੁਲ। ਅਤੇ ਮਿਲੋ ਬਾਈ ਜੀ, ਇਹ ਸਾਡੇ ਅੰਕਿਤ ਬਾਈ ਜੀ ਨੇ ਜੀ, ਜਿਨ੍ਹਾਂ ਨੇ ਜਦੋਂ ਆਪਣੇ ਇੱਥੇ ਟਰੈਕਟਰਾਂ ਦੇ ਟਾਇਰਾਂ ਦਾ ਹੋ ਗਿਆ ਸੀਗਾ, ਬਿਲਕੁਲ ਜੀ ਬਿਲਕੁਲ ਜੀ।